ਗੁਰਦਾਸਪੁਰ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਖਾਸ ਕਰ ਚੋਰਾਂ ਵੱਲੋਂ ਘਰਾਂ ਦੇ ਬਾਹਰ ਲੱਗੀਆਂ ਬਾਈਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਸ਼ਾਤਰ ਚੋਰ ਦੀ ਚੋਰੀ ਕੈਮਰੇ ਵਿੱਚ ਕੈਦ ਹੋਈ ਹੈ, ਜੋ ਕਿ ਇੱਕ ਘਰ ਦੇ ਬਾਹਰ ਲੱਗੀ ਮੋਪੈਡ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਇਹ ਜੋ ਕੈਮਰੇ ਅੰਦਰ ਕੈਦ ਹੋਏ ਦ੍ਰਿਸ਼ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਹ ਗੁਰਦਾਸਪੁਰ ਦੀ ਕਲਾਨੌਰ ਰੋਡ ਸਥਿਤ ਪ੍ਰੋਸ਼ ਕਲੋਨੀ ਦੀ ਘਟਨਾ ਹੈ, ਜਿਸ ਵਿੱਚ ਇੱਕ ਚੋਰ ਗਲੀ ਵਿੱਚ ਲੱਗੀ ਮੋਪੈਡ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਰਿਹਾ ਹੈ। ਪੀੜਿਤ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹ ਕੇ ਘਰ ਪਹੁੰਚੀ ਅਤੇ ਉਸਨੇ ਆਪਣੀ ਮੋਪੈਡ ਘਰ ਦੇ ਬਾਹਰ ਪਾਰਕ ਕਰ ਦਿੱਤੀ। ਉਸ ਤੋਂ ਕੁਝ ਸਮੇਂ ਬਾਅਦ ਜਦੋਂ ਬਾਹਰ ਆਈ ਤਾਂ ਮੋਪੈਡ ਉੱਥੇ ਨਹੀਂ ਸੀ। ਮੈਂ ਟਿਊਸ਼ਨ ਤੋਂ ਵਾਪਸ ਆ ਕੇ ਇੱਥੇ ਬਾਹਰ ਸਕੂਟਰੀ ਲਗਾਈ ਸੀ ਤੇ ਫਿਰ ਮੈਂ ਸਕੂਟਰੀ ਲਗਾ ਕੇ ਅੰਦਰ ਚਲੀ ਗਈ ਤੇ ਥੋੜੀ ਦੇਰ ਬਾਅਦ ਬਾਹਰ ਆ ਕੇ ਦੇਖਿਆ ਤੇ ਸਕੂਟਰੀ ਗਾਇਬ ਸੀ। ਫਿਰ ਬਾਅਦ ਚੋਂ ਮੈਂ ਆਪਣੇ ਘਰਦਿਆਂ ਨੂੰ ਇਨਫੋਰਮ ਕੀਤਾ ਕਿ ਸਕੂਟਰੀ ਬਾਹਰ ਨਹੀਂ ਹੈ। ਫਿਰ ਅਸੀਂ ਸੀਸੀਟੀਵੀ ਫੁਟੇਜ ਤੋਂ ਚੈੱਕ ਕੀਤਾ ਕੈਮਰੇ ਤੋਂ ਤੇ ਉੱਥੋਂ ਪਤਾ ਚੱਲਿਆ ਕਿ ਇੱਕ ਅਣਜਾਣ ਆਦਮੀ ਇੱਥੇ ਬਾਹਰ ਘੁੰਮ ਰਿਹਾ ਸੀ, ਇੱਦਾਂ ਹੀ ਚੈੱਕ ਕਰਨ ਦਿਆ ਸੀਗਾ। ਤੇ ਫਿਰ ਉਸ ਤੋਂ ਬਾਅਦ ਉਹਨੇ ਸਕੂਟਰੀ ਨੂੰ ਪਹਿਲੀ ਚਾਬੀ ਲਗਾਈ ਤੇ ਨਹੀਂ ਲੱਗੀ, ਦੂਸਰੀ ਲਗਾਈ ਤੇ ਉਹ ਲੱਗ ਗਈ ਤੇ ਫਿਰ ਸਕੂਟਰੀ ਨੂੰ ਇਸ ਤਰ੍ਹਾਂ ਉਹ ਲੈ ਗਿਆ ਜੀ। ਫਿਰ ਮੇਰੇ ਪਾਪਾ ਨੇ ਥਾਣੇ ਤੇ ਜਾ ਕੇ ਰਿਪੋਰਟ ਲਿਖਵਾਈ ਇਸ ਬਾਰੇ। ਸ਼ਹਿਰ ਵਿੱਚ ਕੋਈ ਵੀ ਗੁੰਡਾਗਰਦੀ ਜਿਹੜੀ ਆ ਸਹਿਣ ਨਹੀਂ ਕੀਤੀ ਜਾਵੇਗੀ। ਕੋਈ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ। ਜੇ ਕੋਈ ਚੋਰ ਚੋਰੀ ਕਰਦਾ ਫੜਿਆ ਜਾਊਗਾ, ਉਹਨੂੰ ਵੀ ਬਖਸ਼ਿਆ ਜਾਊਗਾ, ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਵੇਗੀ। ਕੋਈ ਵੀ ਗੰਦੇ ਅੰਸਰ ਜਿਹੜੇ ਹੈ ਉਹਨਾਂ ਨੂੰ ਮੈਂ ਅਪੀਲ ਕਰਦਾ ਵੀ ਉਹ ਇਹ ਸ਼ਹਿਰ ਛੱਡ ਕੇ ਭੱਜ ਜਾਣ। ਮੈਨੂੰ ਇਹਦੇ ਵਾਸਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਚਾਹੀਦਾ, ਜੋ ਮੇਰਾ ਪੂਰਾ ਸਹਿਯੋਗ ਕਰ ਰਹੇ ਨੇ। ਜਿੰਨਾ ਵੱਧ ਤੋਂ ਵੱਧ ਸਹਿਯੋਗ ਕਰਨਗੇ, ਉਹਨਾਂ ਹੀ ਆਪਾਂ ਆਪਣਾ ਸਿਟੀ ਜਿਹੜਾ ਸੁੰਦਰ ਬਣਾ ਸਕਾਂਗੇ ਤੇ ਨਸ਼ਿਆਂ ਤੋਂ ਮੁਕਤ ਕਰ ਸਕਾਂਗੇ। ਇਹ ਸਾਰਾ ਕੰਮ ਜੋ ਵੀ ਹੋ ਰਿਹਾ, ਇਹ ਸਭ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋ ਰਿਹਾ।